पिछली रात हुई ना अजाना आन लगिया उदो मेरी मां ने ते मेरे प्यो ने असां दो नू चक्या अच्छा सिखां दे घरे वड़ गए ठीक है बुआ उन्हां दा खड़काया सिखां दा उन्हां ने माई आई रैश करो ठीक है मेरा आदमी आप शिकार च गया इसे काम ती अच्छा मार कुटाई ते गया होया ओ कहंदा घोड़ी बन दे ओने घोड़ी बन ली ਉਹ ਕਹਿੰਦੀ ਇੱਕ ਤੈਨੂੰ ਹੋਰ ਦੱਸਾਂ ਆਖੇ ਦੱਸ ਤੂੰ ਤਾਂ ਐਡੀ ਦੂਰ ਸ਼ਿਕਾਰ ਮਾਰ ਕੇ ਆ ਆਪਣੇ ਗਵਾਂਢੀ ਆ ਸਾਹਮਣੇ ਵਾਲੇ ਉਹ ਆਪਣੇ ਆਸ ਅੰਦਰ ਬੈਠੇ ਅੱਛਾ ਜੇ ਮਾਰੇਗਾ ਨਾ ਜੇ ਕੋਈ ਗੱਲ ਕਰੇਗਾ ਮੈਂ ਨਹੀਂ ਰਹਿਣਾ ਤੇਰੇ ਘਰੇ ਠੀਕ ਆ ਕੀ ਨਾਮ ਬਜ਼ੁਰਗੋ ਤੁਹਾਡਾ ਮੇਰਾ ਨਾਮ ਨੂਰ ਮੁਹੰਮਦ ਹੈ ਤੇ ਤੁਹਾਡੇ ਅੱਬੇ ਫਜ਼ਲਦੀਨ ਦਾਦੇ ਦਾ ਦਾਦੇ ਦੇ ਨਾਂ ਖੁਦਾ ਬਸ਼ਕ ਮੱਡੂ अच्छा परदादे दे ना बंदा कंदा समंदा क्या उन्हां दे प्यो दे ना मुहम्मद शरीफ अच्छा एथो तक मैं जानदा कि नहीं मैनूं पता ना कुद्दू वाला हां नाल 10 पिंडां दे ना होर फत्ता हां छोटी बड़ी चंडीर अच्छा छोटा बड़ा मीरपुर अच्छा रियासत पटियाला तहसील बठिंडा ਗਰਮੀਆਂ ਸਾਰੇ ਇਸ ਮੁਲਕ ਦਾ 12 ਗੱਡੀਆਂ ਦੀ ਲਾਈਨ ਉੱਥੇ ਲੱਗਦੀ ਹੈ ਬਠਿੰਡੇ 'ਚ ਹਾਂ ਅੱਛਾ ਇਸ ਮੁਲਕ ਦਾ ਸਮਾਂ ਹਿੰਦੁਸਤਾਨ ਹੈ ਭਾਵੇਂ ਬੰਗਲਾਦੇਸ਼ ਹੈ ਭਾਵੇਂ ਪਾਕਿਸਤਾਨ ਹੈ ਇਹਦਾ ਦਰਮਿਆਨ ਬਠਿੰਡਾ ਅੱਛਾ ਤੈਨੂੰ ਕਿਵੇਂ ਪਤਾ ਲੱਗਾ ਯਾਰ ਉੱਥੇ 12 ਗੱਡੀਆਂ ਦੀ ਲਾਈਨਾਂ ਨੇ 12 ਅੱਛਾ ਤੁਸੀਂ ਜਿਹੜਾ ਜੰਕਸ਼ਨ ਉਹ ਹੈ ਨਿਕਿਆਲ ਸਾਡਾ ਅਸਲ ਹਿੰਦੁਸਤਾਨ ਚ ਵੀ ਆਪਣਾ ਭੂੰਡਵਾਲ ਸ਼ਹਿਰ ਭੂੰਡਵਾਲ ਹਾਂ ਭੂੰਡਵਾਲ ਜ਼ਿਲ੍ਹਾ ਅੱਛਾ ਭੂੰਡਵਾਲ ਜ਼ਿਲ੍ਹੇ ਦੇ ਵਿੱਚੋਂ ਨਿਕਾਲ ਅੰਗਰੇਜ਼ਾਂ ਨੇ ਕੀਤਾ ਸੀ ਅੱਛਾ ਸਿਰੋਹੀ ਨੂੰ ਬਾਦ ਕਰੇ ਇੰਡੀਆ ਚ ਆਪਣਾ ਕਿੰਨੀ ਸੀ ਤੁਹਾਡੀ ਉਮਰ ਉਹਦੇ ਝੱਗਾ ਪਾਉਂਦੇ ਸੀ ਝੱਗਾ ਪਾਉਂਦਾ ਸੀ ਹਾਂ ਅੱਛਾ ਤੇਲ ਕੁਛ ਨਹੀਂ ਪਾਉਂਦੇ ਸੀ ਨਾ ਕੁੜੀਆਂ ਪਾਉਂਦੀਆਂ ਸੀ ਕੋ ਮਾੜੀ ਮੋਟੀ ਸੂਰਤ ਹੈ ਮਾੜੀ ਮੋਟੀ ਐਡਿਆ ਨਹੀਂ ਨਾ ਮਤਲਬ ਖੇਡਣ ਦਾ ਪਤਾ ਹੈ ਅੱਛਾ ਵੀ ਖੇਡਦੇ ਹੁੰਦੇ ਸੀ ਹਾਂ ਕੁੜੀਆਂ ਮੁੰਡੇ ਇਕੱਠੇ ਹਾਂ ਘੋੜੀ ਬਣਨਾ ਅੱਛਾ ਘੋੜੀ ਵੀ ਬਣਦਾ ਸੀ ਹਾਂ ਅੱਛਾ ਮਤਲਬ ਬਿਕਰੀਆਂ ਪਾਣੀਆਂ ਝੋਲੀ ਚ ਹਾਂ ਕਿਹਦੀ ਝੋਲੀ ਚ ਬਿਕਰੀ ਫੜੀ ਗਈ ਹਾਂ ਉਹ ਘੋੜੀ ਬਣ ਗਈ ਉਹ ਘੋੜੀ ਬਣ ਗਈ ਕਿਹੜੇ ਕੋਲੋਂ ਨਾ ਫੜੀ ਉਹ ਘੋੜਾ ਬਣ ਗਿਆ ਉਹਨੇ ਪਲਾਕੀ ਤੇ ਮਾਰੀ ਅੱਛਾ ਨੌ ਜਣੇ ਮੁੰਡਾ ਹੁੰਦਾ ਤੇ ਮੁੰਡੇ ਤੇ ਮਾਰੀ ਜਾਂਦੇ ਜੇ ਕੁੜੀਆਂ ਦੇ ਤਾਂ ਕੁੜੀ ਤੇ ਮਾਰੀ ਜਾਂਦੇ ਤੇ ਕਿੱਡਾ ਕੁ ਵੱਡਾ ਪਿੰਡ ਸੀ ਹੈ ਪਿੰਡ ਕਿੱਡਾ ਵੱਡਾ ਸੀ ਪਿੰਡ ਚੰਗਾ ਤਾਂ ਤਕੜਾ ਸਿੱਖ ਵੀ ਰਹਿੰਦੇ ਸੀ ਸਿੱਖ ਵੀ ਰਹਿੰਦੇ ਸੀ ਕਿਰਾੜ ਵੀ ਰਹਿੰਦੇ ਸੀ ਅੱਛਾ ਕੁੜੇ ਵੀ ਰਹਿੰਦੇ ਸੀ ਹੈ ਕਿਸੇ ਦਾ ਨਾਂ ਯਾਦ ਆਹਾ ਤੇ ਸ਼ੇਖ ਵੀ ਰਹਿੰਦੇ ਸੀ ਅੱਛਾ ਅੱਛਾ ਫਿਰ ਮਾਛੀ ਝੋਰ ਰਹਿੰਦੇ ਸੀ ਅੱਛਾ ਲੁਹਾਰਾਂ ਦਾ ਟੱਬਰ ਵੀ ਸੀ ਸਾਡਾ ਇੱਕ ਮਹੱਲਾ ਸੀ ਅੱਛਾ ਉਹ ਵੀ ਰਹਿੰਦੇ ਸੀ ਛੀਂਬੇ ਅਜਾਣੀਆਂ ਮੰਡੀ ਵਾਲੇ ਹਾਂ ਹਾਂ ਹਕੀਮ ਸਾਹਿਬਰੀ ਅੱਛਾ ਇਹ ਵੀ ਸਾਡੇ ਪੜੋਸੀ ਸੀ ਅੱਛਾ ਕੀ ਬਾਤ ਅੱਛਾ ਬਜ਼ੁਰਗੋ ਜਦੋਂ ਇਹ ਵੰਡ ਪਈ ਹਾਂ ਤੇ ਪਾਰਟੀਸ਼ਨ ਹੋਈ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਹੁਣ ਅਸੀਂ ਜਾਣਾ ਪੈ ਗਿਆ ਉਜੜਨਾ ਪੈ ਗਿਆ ਉਜੜਨ ਦਾ ਬਈ ਪਿਛਲੀ ਰਾਤ ਹੋਈ ਨਾ ਹਾਂ ਹਾਂ ਅਜ਼ਾਨਾਂ ਆਣ ਲੱਗੀਆਂ ਉਦੋਂ ਮੇਰੀ ਮਾਂ ਨੇ ਤੇ ਮੇਰੇ ਪਿਓ ਨੇ ਅਸਾਂ ਦੋ ਨੂੰ ਚੱਕਿਆ ਅੱਛਾ ਸਿੱਖਾਂ ਦੇ ਘਰੇ ਵੜ ਗਏ ਠੀਕ ਆ ਬੂਆ ਉਹਨਾਂ ਦਾ ਖੜਕਾਇਆ ਸਿੱਖਾਂ ਦਾ ਉਹਨਾਂ ਨੇ ਮਾਈ ਆਈ ਉਹਨੇ ਆਖਿਆ ਕੌਣ ਅਸੀਂ ਆਖਿਆ ਮੇਰੀ ਮਾਂ ਕਹਿੰਦੀ ਤੇਰੇ ਪੜੋਸੀ ਚ ਹੈਗੇ ਅੱਛਾ ਠੀਕ ਆ ਉਹਨੇ ਤਾਲਾ ਖੋਲਿਆ ਉਹਨੇ ਆਖਿਆ ਕਿਵੇਂ ਉਹਨੇ ਆਖਿਆ ਕੁੱਠ ਮਾਰ ਦੀ ਹੋਈ ਖੜੀ ਹੈ ਉਹ ਕਹਿੰਦੀ ਫਿਰ ਇੱਧਰਲੇ ਮਾਲ ਵਾਲਾ ਬਾੜ ਹੈ ਇਹਦੇ ਚ ਤੁਸੀਂ ਰੈਸ਼ ਕਰੋ ਠੀਕ ਹੈ ਮੇਰਾ ਆਦਮੀ ਆਪ ਸ਼ਿਕਾਰ ਚ ਗਿਆ ਇਸੇ ਕੰਮ ਤੇ ਅੱਛਾ ਮਾਰ ਕੁਟਾਈ ਤੇ ਗਿਆ ਹੋਇਆ ਸਹੀ ਹੈ ਤੇ ਉਹ ਆਊਗਾ ਤੁਹਾਨੂੰ ਬਿਲਕੁਲ ਮੈਂ ਕੁਛ ਵੀ ਨਹੀਂ ਕਹਾਂਗਾ ਠੀਕ ਆ ਫਿਰ ਉਹ ਆਇਆ ਉਦੋਂ ਕਹਿੰਦੇ ਸੀ ਕਾਨਾ ਦੇਣ ਦਾ ਆ ਗਿਆ ਯਾਰ ਜੇ ਸੂਰਜ ਅੱਛਾ 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 ਕਹਿ ਕਾਨਾ ਸੂਰਜ ਦਾ ਆ ਗਿਆ ਅੱਛਾ 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 ਉਦੋਂ ਘੜੀਆਂ ਹਾਲਾਤ ਮਾੜਾ ਸੀ ਹਾਂ ਹਾਲਾਤ ਬੜੇ ਮਾੜੇ ਫਿਰ
ਉਹ ਫਿਰ ਆਇਆ ਘੋੜੀ ਚ ਉਹਨੇ ਬੂਹਾ ਖੜਕਾ ਉਹਨੇ ਬੂਹਾ ਖੋਲਿਆ ਅੰਦਰ ਵੜ ਗਿਆ ਉਹ ਕਹਿੰਦਾ ਘੋੜੀ ਬੰਨ ਦਿਓ ਉਹਨੇ ਘੋੜੀ ਬੰਨ ਲਈ ਉਹ ਕਹਿੰਦੀ ਇੱਕ ਤੈਨੂੰ ਹੋਰ ਦੱਸਾਂ ਆਖਿਰ ਦੱਸ ਤੂੰ ਤਾਂ ਐਡੀ ਦੂਰ ਸ਼ਿਕਾਰ ਮਾਰ ਕੇ ਆਪਣੇ ਗਵਾਂਢੀ ਸਾਹਵੇਂ ਵਾਲੇ ਉਹ ਆਪਣੇ ਆਸ ਅੰਦਰ ਬੈਠੇ ਅੱਛਾ ਜੇ ਮਾਰੇਗਾ ਨਾ ਜੇ ਕੋਈ ਗੱਲ ਕਰੇਗਾ ਮੈਂ ਨਹੀਂ ਰਹਿਣਾ ਤੇਰੇ ਘਰੇ ਠੀਕ ਆ ਸਹੀ ਉਹ ਤੂੰ ਵੱਗ ਗਿਆ ਉਹਨਾਂ ਨੇ ਆ ਕੇ ਪਨਾਹ ਮੰਗ ਕੇ ਇੱਥੇ ਬਹਿ ਗਏ ਠੀਕ ਆ ਉਹ ਅੰਦਰ ਬੈਠੇ ਸਹੀ ਉਹ ਫਿਰ ਸਾਡੇ ਕੋਲੇ ਗਿਆ ਮਿਲਿਆ ਉਹ ਕਹਿੰਦਾ ਆਰਾਮ ਨਾਲ ਬੈਠੇ ਰਹੋ ਉੱਧਰ ਨਹੀਂ ਆਉਣਾ ਅੱਛਾ ਅੱਛਾ ਉੱਧਰ ਮੇਰੇ ਬੇਲੀਆਂ ਨੇ ਵੀ ਆਉਣਾ ਦੂਹਿਆਂ ਨੇ ਵੀ ਆਉਣਾ ਅਸੀਂ ਉੱਧਰ ਹਾਂ ਠੀਕ ਆ ਅਗਲੇ ਕਹਿੰਦੇ ਬੰਦੇ ਦੱਸੋ ਆਪ ਰੱਖੀ ਬੈਠਾ ਆਪ ਰੱਖੀ ਬੈਠਾ ਉੱਧਰ ਸਾਡੇ ਘਰੇ ਨਹੀਂ ਆਉਣਾ ਰੋਟੀ ਵੀ ਮਿਲੂਗੀ ਪਾਣੀ ਵੀ ਮਿਲੂਗਾ ਹਰ ਸ਼ਾਇਦ ਨਹੀਂ ਮਿਲੂਗੀ ਫਿਰ ਮਹੀਨਾ ਰਹੇ ਉਹਦੇ ਕੋਲ ਠੀਕ ਆ ਮਹੀਨਾ ਮਗਰ ਫਿਰ ਸਾਨੂੰ ਤਹਿਸੀਲ ਬਠਿੰਡੇ ਚੜ੍ਹਾ ਕੇ ਆਇਆ ਲਾ ਰੇਲਵਾ ਰੇਲਵੇ 'ਤੇ ਚੜ੍ਹਾਇਆ ਫਿਰ ਕਤਲਗਾਰ ਤੁਸੀਂ ਦੇਖੀ ਕਤਲਗਾਰ ਤਾਂ ਦੇਖੀ ਤੁਸੀਂ ਤਾਂ ਹੁਣ ਵੀਰ ਆਈ ਯਾਰ ਅੱਛਾ ਇੰਨਾ ਕਿਸੇ ਨੇ ਕਿੱਧਰ ਕੋਈ ਜਾਣਾ ਹੋਏ ਹੋਏ ਉਹ ਤਾਂ ਬੁੜੀਆਂ ਵੀ ਖੋ ਕੇ ਲੈ ਜਾਂਦੇ ਕੁੜੀਆਂ ਨੂੰ ਖੋ ਕੇ ਲੈ ਜਾਂਦੇ ਹੋਏ ਹੋਏ ਕੀ ਗੱਲ ਨਹੀਂ ਸਮਝਿਆ ਕੁੜੀਆਂ ਵੀ ਖੋ ਕੇ ਲੈ ਜਾਂਦੇ ਹੈ ਉਹ ਉਸ ਵੇਲੇ ਕਾ ਕਿਸੇ ਦੀ ਜ਼ਰੂਰਤ ਕੋਲ ਨਹੀਂ ਸੀ ਬਈ ਲੜੀ ਪਈ ਹੈ ਨਾ ਭਰਾ ਦੀ ਨਾ ਪਿਓ ਦੀ ਕੋਈ ਜ਼ਰੂਰਤ ਨਹੀਂ ਤੇ ਪੈਸੇ ਇਹਨੇ ਕਿੱਥੋਂ ਲਿਆ ਬੱਲੇ 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 ਅੱਛਾ ਬਜ਼ੁਰਗੋ ਇੱਥੇ ਸੌ ਚੱਕ 'ਚ ਰਹਿੰਦੇ ਹੋ ਨਾ ਤੁਸੀਂ ਹੁਣ ਸੌ 'ਚ ਵੀ ਆ ਜਾਂ 16 'ਚ ਵੀ ਆ ਗਿਆ ਅੱਛਾ 16 'ਚ ਵੀ ਆ ਗਿਆ ਦੋ ਜਗ੍ਹਾ ਤੁਹਾਡੀ ਬਾਦਸ਼ਾਹੀ ਚੱਲਦੀ ਪਈ ਆ ਹੁਣ ਮੈਂ 16 'ਚ ਜਾਣਾ ਹੈ ਅੱਛਾ ਆ ਗੁਜਰਾਂ ਦੇ ਆਪਣੇ ਟਾਊਨ 'ਚ ਗੁਜਰਾਂ ਦੇ ਟਾਊਨ 'ਚ ਹਾਂ ਆ ਗੁਜਰ ਨਹੀਂ ਬੈਠੇ ਇਹਨਾਂ ਨੇ ਟਾਊਨ ਨਹੀਂ ਬਣਾਇਆ ਹਾਂਜੀ ਹਾਂਜੀ ਉੱਥੇ ਰਹਿਣਾ